ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਮੂਲੀ ਵਾਲੇ ਪਰੌਂਠੇ ਬਣਾਉਂਦੀ ਹਾਂ ਅਤੇ ਮੈਂ 3 ਮੂਲੀਆਂ ਲਈਆਂ ਹਾਂ ਅਤੇ ਹੁਣ ਮੈਂ ਇਹਨਾਂ ਨੂੰ ਕੱਦੂਕਸ ਕਰਦੀ ਹਾਂ ਅਤੇ ਫਿਰ ਮੈਂ ਪਰੌਂਠੇ ਬਣਾਉਣਾ ਸ਼ੁਰੂ ਕਰਦੀ ਹਾਂ। ਮੂਲੀਆਂ ਮੈਂ ਕੱਦੂਕਸ ਕਰ ਲਈਆਂ ਹਾਂ ਅਤੇ ਇਹਦੇ ਵਿੱਚ ਹਰੀ ਮਿਰਚ ਪਾਈ ਆ, 6 ਹਰੀਆਂ ਮਿਰਚਾਂ ਮੈਂ ਕੱਦੂਕਸ ਕੀਤੀਆਂ ਹੈ ਅਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾਉਂਦੇ ਹਾਂ, ਸਵਾਦ ਅਨੁਸਾਰ ਲੂਣ ਪਾਵਾਂਗੇ। ਆਪਾਂ ਕਾਲੀ ਮਿਰਚ ਪਾਵਾਂਗੇ, ਲਾਲ ਮਿਰਚ ਪਾਵਾਂਗੇ, ਪਾਊਡਰ ਪਾਵਾਂਗੇ। ਹਲਕਾ ਜਿਹਾ ਤੜਕਾ ਲਾ ਕੇ ਵੀ ਬਣਾ ਸਕਦੇ ਹਾਂ ਪਰ ਮੈਂ ਇਹਨੂੰ ਇਸ ਤਰ੍ਹਾਂ ਬਣਾਉਂਗੀ। ਪਹਿਲਾਂ ਮੈਂ ਇਹਦੇ ਵਿੱਚ ਜਿੰਨਾ ਪਾਣੀ ਸੀਗਾ ਨਾ ਸਾਰਾ ਨਿਚੋੜਿਆ ਆ, ਹੁਣ ਲੂਣ ਪਾਇਆ, ਫਿਰ ਇਹਦੇ ਵਿੱਚ ਹਲਕਾ ਜਿਹਾ ਪਾਣੀ ਬਣ ਜਾਣਾ, ਫਿਰ ਨਿਚੋੜਾਂਗੇ ਦੁਬਾਰਾ। ਇੰਨੀ ਕੁ ਆਪਾਂ ਜਦੋਂ ਪਾਵਾਂਗੇ ਇਹਦੇ ਵਿੱਚ ਹਲਕੀ ਜਿਹੀ, ਪਹਿਲਾਂ ਹਲਕਾ ਜਿਹਾ ਨਿਚੋੜਦੀ ਹਾਂ ਫਿਰ ਰੋਟੀ ਬਣਾਉਣਾ ਸ਼ੁਰੂ ਕਰਦੀ ਹਾਂ। ਕਿਉਂਕਿ ਬਹੁਤ ਛੋਟਾ ਪੇੜਾ ਲੈਣਾ, ਪਤਲੀ ਜਿਹੀ ਰੋਟੀ ਲਾਉਣੀ ਆ, ਮੋਟੀ ਰੋਟੀ ਨੀ ਆਪਾਂ ਬਣਾਉਣੀ। ਇਹਦੇ ਕੰਢੇ ਜਿਹੜੇ ਹੁੰਦੇ ਉਹਨਾਂ ਨੂੰ ਜ਼ਿਆਦਾ ਇਸ ਤਰ੍ਹਾਂ ਕਰਨਾ ਹੁੰਦਾ ਆਪਾਂ ਪ੍ਰੈਸ। ਆਟਾ ਲਾ ਲਾਂਗੇ, ਜਿੰਨਾ ਹੋ ਸਕੇ ਇਹਨੂੰ ਹੱਥ ਨਾਲ ਦਵਾ ਲਓ ਤਾਂ ਜ਼ਿਆਦਾ ਵਧੀਆ ਹੈ। ਕਾਫੀ ਪਤਲੀ ਰੋਟੀ ਬਣਦੀ ਆ, ਫਿਰ ਤੁਸੀਂ ਚਾਹੋ ਘੇ ਥੋੜਾ ਲਾ ਸਕਦੇ ਕਿਉਂਕਿ ਤਵੇ ਦੀ ਰੋਟੀ ਬਣ ਜਾਂਦੀ ਹੈ ਤੇ ਇਹਨੂੰ ਆਪਾਂ ਬੇਲ ਕੇ ਐਨ ਪਤਲੀ ਕਰ ਲੈਂਦੇ ਹਾਂ ਨਾ, ਇਸ ਕਰਕੇ ਫਿਰ ਐਨ ਪਤਲੀ ਜਿਸ ਤਰ੍ਹਾਂ ਆਪਾਂ ਕਣਕ ਦੀ ਰੋਟੀ ਨੋਰਮਲੀ ਖਾਂਦੇ ਹਾਂ ਨਾ, ਪਰੌਠੀ ਆਪਣੀ ਬਣ ਗਈ ਆ। ਹੁਣ ਆਪਾਂ ਇਹਨੂੰ ਖਾਂਦੇ ਹਾਂ ਚਾਹ ਦਾ ਕੱਪ ਨਾਲ ਲਵਾਂਗੇ, ਦਹੀਂ ਨਹੀਂ ਲਵਾਂਗੇ ਇਹਦੇ ਨਾਲ। ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ।